ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਫਸਟ ਟਾਈਮ ਵਲੌਗ ਬਣਾਉਣ ਜਾ ਰਹੇ ਹਾਂ ਅਤੇ ਅਸੀਂ ਅੱਜ ਵਿਜ਼ਿਟ ਕਰਾਂਗੇ ਗੁਰਦੁਆਰਾ ਬੁਰਜ ਸਾਹਿਬ ਜੋ ਇੱਥੋਂ 8 ਕਿਲੋਮੀਟਰ ਦੂਰ ਹੈ। ਤੋ ਉਸ ਤੋਂ ਬਾਅਦ ਆਉਂਦੇ ਆਉਂਦੇ ਅਸੀਂ ਰਾਮ ਤੀਰਥ ਮੰਦਿਰ ਜਾਵਾਂਗੇ। ਅਤੇ ਚਲੋ ਆਓ ਫਿਰ, ਚਲੋ ਦੋਸਤੋ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਅਤੇ ਮੰਦਿਰ ਦੇ। ਅਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਹਾਂ। ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੈ। ਗੁਰਦੁਆਰਾ ਸਾਹਿਬ ਦੀ ਜਿਹੜੀ ਤਿਆਰੀ ਚੱਲ ਰਹੀ ਹੈ। ਸੋ ਦੋਸਤੋ, ਇਹ ਗੁਰਦੁਆਰਾ ਸਾਹਿਬ ਦਾ ਸਰੋਵਰ ਜੋ ਕਾਫੀ ਵੱਡਾ ਹੈ ਯਾਰ, ਇੱਦਾਂ ਤੇ ਬਿਲਕੁਲ ਨਾਲ ਹੀ ਇਸਦੇ ਦੀਵਾਨ ਹਾਲ ਹੈ। ਸੋ ਇਹ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਅਤੇ ਨਾਲ ਹੀ ਇਸਦੇ ਲੰਗਰ ਹਾਲ ਹੈ। ਅਤੇ ਦੋਨੋਂ ਸਾਈਡ ਪਾਰਕ। ਨਿਸ਼ਾਨ ਸਾਹਿਬ ਤੋਂ ਇਹ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ।